ਦਰਦਨਾਕ ਹਾਦਸੇ ਦੀਆਂ ਇਹ ਸੀਸੀਟੀਵੀ ਤਸਵੀਰਾਂ ਲੁਧਿਆਣਾ ਦੇ ਸ਼ੇਰਪੁਰ ਟਾਬਾ ਰੋਡ ਦੀਆਂ ਨੇ ਜਿੱਥੇ ਇੱਕ ਤੇਜ਼ ਰਫ਼ਤਾਰ ਟਰੱਕ ਦੇ ਪਲਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 6 ਲੋਕ ਜ਼ਖਮੀ ਹੋ ਗਏ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿਵੇਂ ਸਾਈਕਲ ਸਵਾਰ ਆਪਣੇ ਧਿਆਨ ਸੜਕ 'ਤੇ ਜਾ ਰਹੇ ਨੇ ਤੇ ਪਿੱਛੋਂ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਪਲਟ ਜਾਂਦਾ ਹੈ ਤੇ 2 ਸਾਈਕਲ ਸਵਾਰ ਟਰੱਕ ਦੇ ਹੇਠਾਂ ਆ ਜਾਂਦੇ ਨੇ ਜਿਸ ਕਾਰਨ ਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ। ਡਾਬਾ ਰੋਡ ਦੇ ਅੱਜ 8 ਵਜੇ ਤੋਂ 8:15 ਦੇ ਵਿੱਚ ਜਿਹੜਾ ਕੰਟੇਨਰ ਸੀ ਓਵਰ ਸਪੀਡ ਆ ਰਿਹਾ ਸੀ, ਉਹਨੇ ਇੱਕ ਆਟੋ ਨੂੰ ਪਹਿਲਾਂ ਸਾਈਡ ਮਾਰੀ ਹੈ ਅਤੇ ਆਟੋ ਦੇ ਨਾਲ ਨੇ ਇੱਕ ਪਿੱਕ ਬਲੈਰੋ ਪਿੱਕਾ ਸੀਗਾ ਉਹਦੇ ਵਿੱਚ ਵੱਜ ਗਿਆ, ਉਹ ਪਲਟ ਗਿਆ ਹੈਗਾ ਅਤੇ ਇੱਕ ਸਾਈਕਲ ਸਵਾਰ ਜਿਹੜਾ ਉਹ ਥੱਲੇ ਆ ਗਿਆ, ਉਹਦੀ ਮੌਕੇ 'ਤੇ ਡੈਥ ਹੋ ਗਈ ਸੀਗੀ ਅਤੇ 3-4 ਕੈਜੁਅਲਟੀ ਹੋਈ। ਫਿਲਹਾਲ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਪੁਲਿਸ ਵੱਲੋਂ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਲੁਧਿਆਣਾ ਤੋਂ ਵਿਵੇਕ ਟਾਲ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ।